ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਕਾਲੀ ਦਲ ਦੇ ਪੁਰਾਣੇ ਚੇਅਰਮੈਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਇਲਾਵਾਲੀ ਤੇ ਮੋਹਾਲੀ ਵਿਜੀਲੈਂਸ ਪੁਲਿਸ ਵੱਲੋਂ ਜ਼ਿਆਦਾ ਜਾਇਦਾਦ ਬਣਾਉਣ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਅਕਾਲੀ ਵਰਕਰਾਂ ਦੀ ਮੀਟਿੰਗ ਕੀਤੀ ਗਈ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਿਆਲ ਸਿੰਘ ਕੋਇਲਾਵਾਲੀ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਭਰ ਦੇ ਅਕਾਲੀ ਦਲ ਈ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕਵਰਜੀਤ ਸਿੰਘ ਰੋਜੀ ਬਰਕੰਦੀ ਦੀ ਪ੍ਰਧਾਨਗੀ ਵਿੱਚ ਪਿੰਡ ਕੋਇਲਾਵਾਲੀ ਜਥੇਦਾਰ ਦੇ ਘਰ ਵਿੱਚ ਮੀਟਿੰਗ ਕੀਤੀ ਗਈ। ਇਸ ਵਿੱਚ ਕਿਹਾ ਕਿ ਜੋ ਮਾਮਲਾ ਦਰਜ ਕੀਤਾ ਗਿਆ ਅਕਾਲੀ ਦਲ ਉਸਦਾ ਪੂਰਾ ਵਿਰੋਧ ਕਰੇਗਾ। ਇਹ ਮਾਮਲਾ ਬਦਲਾ ਨੀਤੀ ਤੇ ਕੀਤਾ ਗਿਆ ਹੈ ਜਿਹੜਾ ਕਿ ਬਿਲਕੁਲ ਹੀ ਝੂਠਾ ਹੈ। ਨਹੀਂ ਤਾਂ ਸ਼ਰਿਆਮ ਹੀ ਦੱਸ ਰਿਹਾ ਵੀ ਸਰਕਾਰ ਵੱਲੋਂ ਬਦਲਾ ਲਓ ਨੀਤੀ ਹੈ ਜੀ, ਪੋਲੀਟੀਕਲ ਵੈਂਡੈਟਾ, ਕਿਉਂਕਿ ਜਥੇਦਾਰ ਸਾਹਿਬ ਦਾ ਦੇਖੋ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਜਥੇਦਾਰ ਜੀ ਨੂੰ, ਠੀਕ ਹੈ ਇੱਥੇ ਜੱਦੀ ਜ਼ਮੀਨ ਜਾਇਦਾਦ ਵੀ ਆ, ਮਿਹਨਤ ਕਰਦਾ ਬੰਦਾ ਇੱਥੇ ਕੋਈ ਬਣਾਈ ਹੋਊਗੀ, ਪਰ ਜਿਹੜਾ ਉਹਨਾਂ ਨੇ ਆਪਣਾ ਆਰੋਪ ਲਾਇਆ ਵੀ ਰਾਜਸਥਾਨ 'ਚ ਆ, ਉੱਤਰਾਖੰਡ 'ਚ ਆ, ਇਹੋ ਜਿਹੀ ਕੋਈ ਗੱਲ ਨਹੀਂ। ਅਤੇ ਆਹ ਤਾਂ ਗੱਲਾਂ ਸਰਕਾਰ ਨੂੰ ਉਦੋਂ ਬਾਅਦ ਕੋਰਟ 'ਚ ਜਦੋਂ ਚਲੀ ਗਈ ਗੱਲ ਆ, ਕੇਸ ਕੋਰਟ 'ਚ ਚਲਾ ਗਿਆ, ਤਾਂ ਸਰਕਾਰਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊ। ਬਿਊਰੋ ਰਿਪੋਰਟ, ਦੀ ਐਨਆਰਆਈ ਟੀਵੀ।